ਪਰੌਂਠਾ ਖਾਓ ਵਧੀਆ ਗੱਲ ਆ ਸਵੇਰੇ ਸਵੇਰੇ ਹਾਂ ਕਿੰਨਾ ਵਧੀਆ ਮੌਸਮ ਆ ਗੱਡੀ ਤੇ ਬਰਫ਼ ਜੰਮੀ ਪਈ ਆ ਬਾਹਰ ਤੇ ਮੈਂ ਨਾ 60 ਡਿਗਰੀ ਟੈਂਪਰੇਚਰ ਹੋ ਗਿਆ ਤੇ ਹੁਣ ਸਵੇਰੇ ਸਵੇਰੇ ਪਰੌਂਠੇ ਮੰਗਾਏ ਸੀਗੇ ਇਹ ਖਾ ਕੇ ਹੁਣ ਫਿਰ ਆਪਣਾ ਟਾਈਮ ਨਾਲ ਨਿਕਲਦੇ ਹਾਂ ਤੁਰਨਾ ਥੋੜ੍ਹਾ ਪਹਿਲਾਂ ਸੀਗਾ ਸਲਾਹ ਸੀਗੀ ਬਟ ਟਾਈਮ ਲੱਗ ਗਿਆ ਉੱਠਣ 'ਚ ਵਕਤ ਲੱਗ ਗਿਆ ਥੋੜ੍ਹਾ ਜਿਹਾ ਥਕਾਵਟ ਥਕੂਟ ਕਰਕੇ ਅਤੇ ਬਾਕੀ ਬਾਹਰ ਦਾ ਮੌਸਮ ਬਿਲਕੁਲ ਠੰਡਾ ਹੋਇਆ ਪਿਆ ਆ 8 ਡਿਗਰੀ ਟੈਂਪਰੇਚਰ ਆ ਮੈਂ ਜਦੋਂ ਮੈਂ ਬਾਹਰ ਗਿਆ ਸੀਗਾ ਗੱਡੀ ਦੇ ਉੱਪਰ ਸਕਰੈਚ ਕੀਤਾ ਇੱਦਾਂ ਬਰਫ਼ ਪੱਟ ਹੁੰਦੀ ਸੀ ਖਾਓ ਮਾਂ ਕਸਮ ਅਰੇ ਗੱਗਾ ਸਾਹਿਬ ਕੀ ਕੌਣ ਸੀ ਬਾਤ ਹੋਈ ਅਤੇ ਬਾਕੀ ਇਹੀ ਮਾਹੌਲ ਆ ਹੁਣ ਨਿਕਲਦੇ ਹਾਂ ਦੇਖਦੇ ਹਾਂ ਇੱਥੇ ਦੇ ਟਾਈਮ ਨਾਲ ਪਿੰਡ ਪੁੱਜਦੇ ਹਾਂ ਫਿਰ ਜਾ ਕੇ ਤੁਹਾਡੇ ਨਾਲ ਰਾਸਤੇ ਵਿੱਚ ਜੋ ਵੀ ਐਕਸਪੀਰੀਅੰਸ ਹੋਇਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਟੂਰ ਦਾ ਰਿਵਿਊ ਜਮ ਦੇਵਾਂਗੇ ਤੁਹਾਨੂੰ ਐਂਡ ਵਿੱਚ ਜਾ ਕੇ ਵਲੌਗ ਦੇ ਅਤੇ ਚਲੋ ਠੀਕ ਹੈ ਮਿਲਦੇ ਹਾਂ ਫਿਰ ਉਹ ਸੀਗਾ ਉੱਪਰ ਹੋਟਲ ਆਪਣਾ ਪਿੱਛੇ ਦੀਆ ਪੈਲਸ ਅਤੇ ਰੂਮ ਨੂੰ ਹੁਣ ਛੱਡ ਕੇ ਆਪਾਂ ਬਾਹਰ ਆ ਗਏ ਬਾਬੇ ਨੇ ਗੱਡੀ ਵਾਰਮ ਅਪ ਹੋਣ ਵਾਸਤੇ ਖੜੀ ਕਰਤੀ ਅਤੇ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਣਾ ਇੱਥੇ ਨਾ ਚੀਲ ਦੀ ਲੱਕੜ ਕੱਟੀ ਜਾਂਦੀ ਹੈ ਇੱਥੇ ਕਾਰਾ ਜਿਹਾ ਬਣਿਆ ਹੋਇਆ ਆ ਅਤੇ ਇਹਦੇ ਕੋਲ ਨਾ ਮਤਲਬ ਵੀਡੀਓ ਦੇ ਵਿੱਚ ਫੀਲ ਨਹੀਂ ਹੁੰਦਾ ਹੈਗਾ ਅਤੇ ਵੈਸੇ ਕੋਲ ਖੜਨ ਨਾਲ ਫੀਲ ਹੁੰਦਾ ਹੈ ਇੰਨੀ ਵਧੀਆ ਸਮੈਲ ਆ ਰਹੀ ਹੈ ਨਾ ਚੀਲ ਦੀ ਲੱਕੜ ਦੀ ਕੱਟੀ ਹੋਈ ਦੀ ਯਾਨੀ ਕਿ ਬਾਹਲੀ ਵਧੀਆ ਸਮੈਲ ਆ ਰਹੀ ਹੈ ਬਹੁਤ ਵਧੀਆ ਅਤੇ ਬਾਕੀ ਪਿੱਛੇ ਦਾ ਉਹ ਵੀ ਉਹ ਅਤੇ ਨਿਕਲਦੇ ਹੁਣ ਟਾਈਮ ਦੇ ਨਾਲ ਉਹ ਉੱਪਰ ਇੱਕ ਕਾਂ ਬੈਠਾ ਵੀ ਉਹਦੀ ਆਵਾਜ਼ ਦੇਖੋ ਇਹ ਪਹਾੜਾਂ ਦੀ ਫੀਲਿੰਗ ਦੇ ਦਿੰਦੀ ਹੈ ਜਿਹੜੀ ਇਹ ਪਰਿੰਦੇ ਦੀ ਆਵਾਜ਼ ਆ ਇਹ ਅਕਸਰ ਪਹਾੜਾਂ 'ਚ ਹੁੰਦੇ ਜ਼ਿਆਦਾ ਬੜੇ ਕਾਂ ਇੱਧਰ ਬੈਠ ਕੇ ਰਾਤ ਅੱਗ ਸੇਕਦੇ ਰਹੇ -6 ਡਿਗਰੀ ਟੈਂਪਰੇਚਰ ਹੋਇਆ ਹੋਇਆ ਤਾਂ ਬਿਲਕੁਲ ਹੁਣ ਤਾਂ ਵੱਧ ਗਈ ਅੱਗ ਸੇਕਦੇ ਰਹੇ ਇੱਥੇ ਉਹਦੇ ਨਾਲ ਥੋੜ੍ਹਾ ਜਿਹਾ ਬਚਾ ਰਿਹਾ ਰਾਤ ਨੂੰ ਤਾਂ -8 ਤੋਂ ਵੀ ਥੱਲੇ ਚੱਲ ਗਿਆ ਸੀਗਾ ਟੈਂਪਰੇਚਰ ਕਾਫੀ ਠੰਡਾ ਹੋ ਗਿਆ ਸੀ ਅੱਗ ਬਿਲਕੁਲ ਠੰਡਾ ਹੀ ਠੰਡਾ ਕੋਲਡ ਲਓ ਵੀ ਦੇਖੋ ਆਹ ਹਾਲ ਹੋ ਗਿਆ ਕਿੰਨਾ ਟਾਈਮ ਹੋ ਗਿਆ ਬਾਈ ਤੈਨੂੰ ਸਾਫ਼ ਕਰਦੇ ਨੂੰ ਇਹ ਸ਼ੀਸ਼ਾ 15 ਮਿੰਟ ਹੋ ਗਏ 10-15 ਵਾਹ ਕੀ ਸੀਨ ਹੈ 15 ਮਿੰਟ ਹੋ ਗਏ ਸ਼ੀਸ਼ਾ ਸਾਫ਼ ਕਰਦੇ ਨੂੰ ਬਿਲਕੁਲ ਵੀ ਜੰਮ ਜਾਂਦੀ ਹੈ ਖਰਚਿਆ ਪਿਆ ਨਹੀਂ ਨਾ ਅੱਗੇ ਕੋਈ ਵਿਜ਼ੀਬਲ ਦਿਖਣਾ ਵੀ ਨਹੀਂ ਹੈਗਾ ਇਹਦੇ ਵਿੱਚੋਂ ਤਾਂ ਕੁਛ ਅਤੇ ਚਲੋ ਦੇਖਦੇ ਹਾਂ ਬਾਕੀ ਕਿਆ ਹੁੰਦਾ ਹੁਣ ਉਹ ਨਿਕਲਿਆ ਪਿੱਛੇ ਸੂਰਜ ਹੁਣ ਸੂਰਜ ਦਾ ਵੇਟ ਕਰ ਰਹੇ ਤੇ ਉਹ ਆ ਗਿਆ ਪਿੱਛੇ ਹੁਣ ਪਹਾੜ ਦੇ ਪਿੱਛੋਂ ਨਿਕਲ ਕੇ ਆਇਆ ਹੁਣ ਹੁਣ ਗੱਡੀ ਦਾ ਸ਼ੀਸ਼ਾ ਹੋਊਗਾ ਸਾਫ਼ ਹੁਣ ਫਿਰ ਨਿਕਲਾਂਗੇ ਇੱਥੇ ਤੇ ਅਤੇ ਚਲੋ ਠੀਕ ਹੈ ਦੇਖਦੇ ਹਾਂ ਕੀ ਹੁੰਦਾ ਹਲੇ ਹਲੇ ਤਾਂ ਫਿਲਹਾਲ ਉਹ ਹੀ ਖੜੇ ਹਾਂ ਮੈਂ ਤਾਂ ਇਹਨੂੰ ਕਿਹਾ ਸੀਗਾ ਮੈਂ ਕਿਹਾ 12-1 ਵਜੇ ਤੱਕ ਮੈਨੂੰ ਲੱਗਦਾ ਉਹੀ ਖੜਨਾ ਹੀ ਪੈਣਾ ਆਪਾਂ ਨੂੰ ਇੱਥੇ ਵੈਲੀ 'ਚ ਬਿਲਕੁਲ ਹਲੇ 2 ਮਿੰਟ ਪਹਿਲਾਂ ਨਾ ਬਿਲਕੁਲ ਆ ਵੈਲੀ 'ਚ ਪੂਰਾ ਹਨੇਰਾ ਹਨੇਰਾ ਹੋਇਆ ਪਿਆ ਤਾ 2 ਮਿੰਟ ਦੇ ਵਿੱਚ ਇੱਕਦਮ ਸੂਰਜ ਜਿਵੇਂ ਹੀ ਉੱਪਰ ਆਇਆ ਸਾਰਾ ਚਾਨਣਾ ਹੋ ਗਿਆ ਹੁਣ ਅਤੇ ਚਲੋ ਠੀਕ ਆ ਨਿਕਲਦੇ ਹਾਂ ਫਿਰ ਉੱਤੇ ਬਾਕੀ ਜਿਵੇਂ ਹੋਇਆ ਹਲੇ ਲੱਗਿਆ ਟਾਈਮ ਤਾਂ ਵੀ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਕਸੌਲ 'ਚੋਂ ਫਿਰ ਘਰ ਨੂੰ ਕਰਤੀ ਹੁਣ ਵਾਪਸੀ ਅਤੇ 1.5 ਕਿਲੋਮੀਟਰ ਕਸੌਲ 'ਚੋਂ ਬਾਹਰ ਆਏ ਹਾਂ ਅਤੇ ਇਹ ਵਿਊ ਬਾਹਰ ਦਾ ਤੁਹਾਨੂੰ ਦਿਖਾ ਦਿੰਦੇ ਹਾਂ HB66 ਨੰਬਰ ਬੱਸ ਜਾ ਰਹੀ ਆ ਤੇ ਇਹ ਇੱਧਰ ਵਿਊ ਆ ਪੂਰਾ ਵਧੀਆ ਨਾਲ ਨਾਲ ਬਿਆਸ ਰਿਵਰ ਦਾ ਆ ਸਾਰਾ ਚੀਲ ਹੈ ਚੀਲ ਖੜਾ ਵੀ ਪਹਾੜਾਂ ਦੇ ਵਿੱਚ ਦੇਖੋ ਬੇਸ਼ੁਮਾਰ ਲੱਕੜ ਖੜੀ ਆ ਪਹਾੜਾਂ ਦੇ ਵਿੱਚ ਦਰਖਤ ਦੇਖੋ ਕਿੰਨੇ ਵਧੀਆ ਨੇ ਇਹਨਾਂ ਦੇ ਸਿਰ ਤੇ ਸਾਰਾ ਇਨਵਾਇਰਮੈਂਟ ਆ ਅਗਰ ਦਰਖਤ ਹੋਣਗੇ ਤਾਂ ਹੀ ਵਧੀਆ ਇਨਵਾਇਰਮੈਂਟ ਰਹਿਣਾ ਹੈ ਅਗਰ ਦਰਖਤ ਨਾ ਹੋਣਗੇ ਤਾਂ ਫਿਰ ਉਹ ਚੀਜ਼ ਨਹੀਂ ਇੱਥੇ ਰਹਿਣੀ ਹੈਗੀ ਇੱਥੇ ਕਿਆ ਕਿਤੇ ਵੀ ਨਹੀਂ ਰਹਿਣੀ ਹੈਗੀ ਫਿਰ ਉਹ ਚੀਜ਼ ਪਰ ਜਿੰਨਾ ਕੁ ਵੀ ਹੋ ਸਕਿਆ ਵੱਧ ਤੋਂ ਵੱਧ ਤੁਹਾਨੂੰ ਦਿਖਾਵਾਂਗੇ ਆਪਾਂ ਨਾਲ ਦੀ ਨਾਲ ਬਣੇ ਰਹੋ ਵਲੌਗ ਦੇ ਸਵੇਰ ਸਵੇਰ ਦਾ ਟਾਈਮ ਲੱਗਿਆ ਹੀ ਹੁੰਦਾ ਹੈ ਪਹਾੜਾਂ ਦਾ ਸਵੇਰੇ 9 ਦਾ 8-9 ਵਜੇ 9:30 ਵਜੇ ਤੱਕ ਦਾ ਟਾਈਮ ਪਹਾੜਾਂ ਦੇ ਵਿੱਚ ਲੱਗਿਆ ਹੀ ਹੁੰਦਾ ਹੈ ਮੌਸਮ ਬਿਲਕੁਲ ਦੇਖੋ ਪੀਕ ਰੋਡ ਨਾਲ ਬਿਲਕੁਲ ਖੱਡ ਪੂਰਾ ਪੂਰਾ ਰੋਡ ਹੈ ਇੱਥੇ ਦਾ
ਇਹਨਾਂ ਕਾ ਵਧੀਆ ਕੰਮ ਕੀਤਾ ਹੈ ਵੀ ਨਾਲ ਡਿਵਾਈਡਰ ਲਾਇਆ ਹੋਇਆ ਬਹੁਤ ਵਧੀਆ ਕੰਮ ਹੈ ਰੋਡ ਦਾ ਕੰਮ ਇੱਥੇ ਵਧੀਆ ਹਿਮਾਚਲ ਦੇ ਵਿੱਚ ਜਿੰਨਾ ਵੀ ਹੈ ਟੱਫ ਆ ਬਹੁਤ ਜ਼ਿਆਦਾ ਕਰਨਾ ਪਰ ਸਰਕਾਰ ਜਿੰਨਾ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਕੋਈ ਮਾੜੇ ਇੰਨੇ ਰੋਡ ਨਹੀਂ ਹੈਗੇ ਕਹਿੰਦੀ ਵਾ ਰੋਡ ਐਕਸਪੀਰੀਅੰਸ ਵਧੀਆ ਆਉਣਾ ਠੀਕ ਹੈ ਬਿਲਕੁਲ ਸਭ ਕੁਛ ਓਕੇ ਆ ਕੋਈ ਕੋਈ ਟਾਵਾਂ ਟਾਵਾਂ ਦਰਖਤ ਆ ਬਸ ਬਾਕੀ ਤਾਂ ਸਾਰਾ ਘਾਹ ਨਾਲ ਹੀ ਢਕੇ ਹੋਏ ਪਹਾੜ ਆ ਬਿਲਕੁਲ ਕਾਏ ਕਾਏ ਉੱਪਰ ਪਹਾੜਾਂ ਤੱਕ ਬਿਲਕੁਲ ਪੱਥਰ ਆ ਘਾਹ ਤੇ ਦਰਖਤ ਤਾਂ ਕੋਈ ਟਾਵਾਂ ਟਾਵਾਂ ਹੀ ਦਿਖਦੇ ਆ ਜੂਮ ਕਰਦੇ ਹਾਂ ਥੋੜ੍ਹੀ ਜਿਹਾ ਆਪਾਂ ਕੋਈ ਕੋਈ ਟਾਵਾਂ ਟਾਵਾਂ ਹੀ ਦਿਖਦਾ ਦਰਖਤ ਬਾਕੀ ਹੁਣ ਪੁੰਤਰ ਦੇ ਨੇੜੇ ਪਹੁੰਚਣ ਵਾਲੇ ਹਾਂ ਇੱਥੋਂ ਥੋੜ੍ਹਾ ਰਹਿ ਗਿਆ ਪੁੰਤਰ 8-10 ਕਿਲੋਮੀਟਰ ਕੁਝ 12 ਇੰਚ ਤੱਕ ਕੁਝ ਰਹਿ ਗਿਆ ਕਿਲੋਮੀਟਰ ਪੁੰਤਰ ਪਹੁੰਚਣ ਵਾਲੇ ਹਾਂ ਉੱਥੇ ਤੇ ਫਿਰ ਆਪਾਂ ਮੁੜਨਾ ਆ ਮੰਡੀ ਵਾਲੀ ਸਾਈਡ ਨੂੰ ਤੇ ਉੱਥੇ ਦੇਖਾਂਗੇ ਅਗਰ ਕੁਛ ਰੁਕਾਂਗੇ ਥੋੜ੍ਹੇ ਟਾਈਮ ਲਈ ਪੁੰਤਰ ਦੇ ਵਿੱਚ ਤੇ ਥੋੜ੍ਹਾ ਨਾਲ ਲੈਣ ਹੁੰਦੇ ਉੱਥੇ ਲਈ ਪੁੰਤਰ ਕ੍ਰੋਸ ਕਰ ਲਿਆ ਸੀਗਾ ਹੁਣ ਸੇਬ ਸੂਬ ਵਗੈਰਾ ਕਾਜੂ ਕੁਜੂ ਡਰਾਈ ਫਰੂਟ ਲੈਣ ਲੱਗੀਆਂ ਬਾਬਾ ਰੇਟ ਨੈਗੋਸ਼ੀਏਟ ਕਰਾ ਰਿਹਾ ਉਹਨਾਂ ਨਾਲ ਵਧੀਆ ਦੁਕਾਨ ਹੈ ਇੱਥੇ ਹਰ ਤਰ੍ਹਾਂ ਦਾ ਡਰਾਈ ਫਰੂਟ ਮਿਲ ਜਾਂਦਾ ਆ ਸੇਬ ਸੂਬ ਵਗੈਰਾ ਜਿਵੇਂ ਪੇਟੀਆਂ ਮਰਜ਼ੀ ਆਹ 4 ਕਿਲੋ ਵਾਲੀ ਪੇਟੀ ਪਈ ਆ ਇਹਦੇ ਨਾਲ ਉੱਪਰ 10 ਕਿਲੋ ਵਾਲੀ ਪੇਟੀ ਹੈ ਇਹ 300 ਰੁਪਏ ਦੇ ਦਿੰਦੇ 4 ਕਿਲੋ ਵਾਲੀ ਪੇਟੀ ਪਰ ਵਧੀਆ ਸੇਬ ਆ ਬਿਲਕੁਲ ਐਨ ਜ਼ੋਰ ਜ਼ੋਰ ਸੇ ਬੋਲ ਕੇ ਲੋਕੋ ਕੋ ਸਕੀਮੇ ਬਤਾ ਦੇ ਫਰੈਸ਼ ਤੋੜਿਆ ਹੋਇਆ ਅੱਛੇ ਦਾ ਸੇਬ ਕੁੱਲੂ ਦਾ ਨਿਕਲਦੇ ਹਾਂ ਵਰਨ ਭਾਈ ਦਾ ਫੋਨ ਆਇਆ ਸੀਗਾ ਹੁਣ ਵੇਟ ਕਰ ਰਹੇ ਹਾਂ ਮੰਡੀ ਦੇ ਵਿੱਚ ਖੜੇ ਹੋ ਸ਼ੋਪਿੰਗ ਕਰਕੇ ਪੁੰਤਰ ਦੇ ਵਿੱਚੋਂ ਤੇ ਹੁਣ ਮੰਡੀ ਵਾਲੇ ਰਸਤੇ ਨੂੰ ਜਾ ਰਹੇ ਹਾਂ ਤੇ ਮੰਡੀ ਹੈਗਾ ਇੱਥੇ ਤਾਂ ਕਾਫੀ ਅਜੇ ਤਾਂ ਪਿਆ ਤੇ ਵਰਨ ਭਾਈ ਦਾ ਫੋਨ ਆਇਆ ਸੀਗਾ ਦੁਬਾਰਾ ਉਹਨੂੰ ਜਾ ਕੇ ਮਿਲਣਾ ਉੱਥੇ ਤੇ ਇਹੀ ਕੁਛ ਬਸ ਮਾਹੌਲ ਚੱਲ ਰਿਹਾ ਬਾਬਾ ਕਿਆ ਕੁਛ ਖਰੀਦਿਆ ਡਰਾਈ ਫਰੂਟ ਵਧੀਆ ਮਿਲਦਾ ਉੱਥੇ ਨਾ ਚੁੱਕ ਦੀ ਚਟਨੀ ਸੀਗੀ ਇੱਕ ਲਿੰਬੜੂ ਦਾ ਅਚਾਰ ਪਤਾ ਨਹੀਂ ਕਿਆ ਚੀਜ਼ ਸੀਗੀ ਇੱਥੇ ਦੀ ਬੜੀ ਫੇਮਸ ਸੀ ਉਹ ਵੀ ਦੇਖਦੇ ਹਾਂ ਟਰਾਈ ਕਰਕੇ ਅਸੀਂ ਉਹ ਵੀ ਲੈ ਕੇ ਪੌਣੇ 12 ਵਜੇ ਦਾ ਟਾਈਮ ਹੋ ਗਿਆ ਅਤੇ ਪੰਡੋਰ ਡੈਮ 'ਤੇ ਪਹੁੰਚ ਗਏ ਇੱਥੋਂ ਮੰਡੀ ਹੈਗਾ 20-25 ਕਿਲੋਮੀਟਰ 20x20 ਦੇ ਅਰਾਊਂਡ 20-25 ਕਿਲੋਮੀਟਰ ਦੇ ਅਰਾਊਂਡ ਹੈਗਾ ਇੱਥੋਂ ਮੰਡੀ ਚੜ੍ਹਾਈ ਪਰ ਆਇਆ ਸਾਢੇ 12 ਦਾ ਟਾਈਮ ਹੋ ਗਿਆ ਹੋ ਚੱਲਿਆ ਕਰੀਬ ਅਤੇ ਮੰਡੀ ਸ਼ਹਿਰ 'ਚ ਪਹੁੰਚ ਗਏ ਵੀ 2:30 ਵਜੇ ਦਾ ਟਾਈਮ ਹੋ ਗਿਆ ਅਤੇ ਸੁੰਦਰ ਨਗਰ ਕ੍ਰੋਸ ਕਰ ਲਿਆ ਆਪਾਂ ਨੇ ਵਰਨ ਭਾਅ ਜੀ ਨੂੰ ਮੰਡੀ ਵਿੱਚ ਮਿਲੇ ਉੱਥੇ ਰੁਕੇ ਪੀਜ਼ਾ ਵਗੈਰਾ ਖਾਧਾ ਨਾਲ ਕੌਫੀ ਪੀਤੀ ਅਤੇ ਸਰੀਰ ਥੋੜ੍ਹਾ ਸੈੱਟ ਕਰਕੇ ਫਿਰ ਦੁਬਾਰਾ ਹੁਣ ਅੱਗੇ ਦਾ ਆਪਣਾ ਸਫ਼ਰ ਸ਼ੁਰੂ ਕਰਤਾ ਅਤੇ ਚਲੋ ਠੀਕ ਹੈ ਦੇਖਦੇ ਹਾਂ ਵੀ ਕਿੰਨੇ ਕੁ ਵਜੇ ਹੁਣ ਘਰ ਪਹੁੰਚਦੇ ਹਾਂ ਅੱਜ ਤਾਂ ਮੈਨੂੰ ਲੱਗਦਾ ਲੇਟ ਹੀ ਹੋ ਜਾਵਾਂਗੇ ਹੁਣ ਤਾਂ ਇਸ ਹਿਸਾਬ ਨਾਲ ਜਿਵੇਂ 2:30 ਤੋਂ ਰੀਪਨ ਨੂੰ ਵੱਜ ਗਏ ਆਪਣੇ ਏਰੀਏ 'ਚ ਪਹੁੰਚ ਗਏ ਹੁਣ ਰੋਪੜ ਕ੍ਰੋਸ ਕਰ ਲਿਆ 4:30 ਵਜੇ ਦਾ ਟਾਈਮ ਹੋ ਗਿਆ
ਤੇ ਟੂਰ ਬਹੁਤ ਵਧੀਆ ਰਿਹਾ ਜਾਨੀ ਕਿ ਕੁੱਲ ਮਿਲਾ ਕੇ ਸਾਰਾ ਟੂਰ ਵਧੀਆ ਸੀਗਾ ਕਸੌਲ ਨੂੰ ਨਵੇਂ ਤਰੀਕੇ ਨਾਲ ਵਿੰਟਰ ਵਿੱਚ ਐਕਸਪਲੋਰ ਕਰਨ ਦਾ ਅਲੱਗ ਹੀ ਮਜ਼ਾ ਆਇਆ ਜਦੋਂ ਆਪਾਂ ਅਗਸਤ 'ਚ ਜੁਲਾਈ ਅਗਸਤ ਵਿੱਚ ਜਾਂਦੇ ਹਾਂ ਉਸ ਟਾਈਮ ਗ੍ਰੀਨਰੀ ਹੁੰਦੀ ਹੈ ਸਾਰੇ ਪਹਾੜਾਂ ਦੇ ਉੱਪਰ ਅਤੇ ਇਸ ਟਾਈਮ ਸਾਰੇ ਪਹਾੜ ਵਾਈਟ ਹੁੰਦੇ ਆ ਬਸ ਇਹੀ ਕੁਛ ਆ ਅਤੇ ਠੰਡ ਦਾ ਮਾਹੌਲ ਵੀ ਕੁਛ ਬਦਲ ਜਾਂਦਾ ਹੈ ਉੱਥੇ ਦਾ ਅਤੇ ਦੇਖਾਂਗੇ ਹੁਣ ਆਪਾਂ ਨੈਕਸਟ ਟੂਰ ਆਪਣਾ ਬਰੋਡ ਵੈਲੀ ਦਾ ਕੱਢਾਂਗੇ ਉਹ ਤੋਂ ਪਹਿਲਾਂ ਇੱਕ ਟੂਰ ਆਪਾਂ ਦੇਖਾਂਗੇ ਕਲੀਅਰ ਦਾ ਲਾਵਾਂਗੇ ਕਲੀਅਰ ਸ਼ਰੀਫ ਜਾ ਕੇ ਆਉਣੇ ਆ ਅਤੇ ਬਾਕੀ ਦੇਖਦੇ ਇਹੀ ਕੁਛ ਆ ਇੱਧਰ ਆਪਣੇ ਮੌਸਮ ਠੀਕ ਆ ਬਿਲਕੁਲ ਆਉਂਦੇ ਸਾਰੇ ਕੱਪੜੇ ਖੁੱਲ੍ਹ ਗਏ ਟੀ ਸ਼ਰਟ ਜੇ ਆ ਗਏ ਸਾਰੇ ਹੁਣ ਕੰਮ ਅਤੇ ਚਲੋ ਠੀਕ ਹੈ ਫਿਰ ਮਿਲਦੇ ਨੈਕਸਟ ਵਲੋਗ 'ਚ।